ਤੇ ਲੋ ਬਾਈ ਸਰਬ ਜੀ ਤੁਹਾਨੂੰ ਆਪਣੇ ਟਰੈਕਟਰ ਦਾ ਵੀ ਡੈਮੋ ਦਿਖਾਊਗਾ ਕਰਕੇ ਤੇ ਬਾਈ ਕਹਿੰਦਾ ਫਾਰਮ ਟਰੈਕ ਚਲਾ ਲਿਆ ਪਰ ਕਹਿੰਦਾ ਬਾਈ ਜਿਹੜਾ ਸਵਾਦ ਆਪਣੇ ਟਰੈਕਟਰ ਬਹਿ ਗਿਆ ਉਹ ਦੂਏ ਦੇ ਉੱਪਰ ਨਹੀਂ ਹੈਗਾ ਹੈ ਬਾਈ ਨਹੀਂ ਹਾਂ ਟਰੈਕਟਰ ਦੋਹਾਂ ਦੀਆਂ ਖੂਬੀਆਂ ਆਪਣੀਆਂ ਆਪਣੀਆਂ ਠੀਕ ਹੈ ਪਰ ਸਾਨੂੰ ਬੈਸਟ ਜਿਹੜਾ ਤੈਨੂੰ ਪਤਾ ਵੀ ਰੋਜ਼ ਚਲਾਉਂਦੇ ਆ ਰੋਜ਼ ਚਲਾਉਂਦੇ ਦੇਖੋ ਚਲਾਇਆ ਹੈ ਵੀ ਆਪਾਂ ਨੇ ਠੀਕ ਹੈ ਬਹੁਤੇ ਫਾਲੇ ਨਹੀਂ ਲਾਏ ਇਹ ਨਹੀਂ ਹੈਗਾ ਵੀ ਬਿਲਕੁਲ ਬਿਲਕੁਲ ਹਾਂ ਹਾਂ ਕਈ ਗੱਲ ਆਏ ਹੁੰਦਾ ਕਹਿੰਦੇ ਵੀ ਬੰਦਾ ਬਗਾਨੀ ਚੀਜ਼ ਪਰ ਬੈਠ ਕੇ ਐਂ ਦੇਖਦਾ ਵੀ ਇਹ ਕਦੋਂ ਤੱਕ ਮਰਦੀ ਹੈ ਬਿਲਕੁਲ ਬਿਲਕੁਲ ਇਹ ਸੋਚ ਆਪਾਂ ਨੇ ਰੱਖੀ ਨਹੀਂ ਬਿਲਕੁਲ ਬਾਈ ਜਿੰਨੇ ਕੋ ਦੀ ਕੰਪੈਸਟੀ ਉਹਨੇ ਕੋ ਫਾਲੇ ਮਸ਼ੀਨਰੀ ਮਸ਼ੀਨਰੀ ਹੈ ਬਾਈ ਹਾਂ ਠੀਕ ਹੈ 45 ਟਰੈਕਟਰ ਉਹਦੇ ਮਗਰ 11 ਪਾਏ ਵੇ ਫਾਲੇ ਵੀ ਤਗੜੇ ਉਹਨੇ ਆਪਣੀ ਪਾਵਰ ਦੇ ਹਿਸਾਬ ਨਾਲ ਚੱਲਣਾ ਠੀਕ ਹੈ ਬਿਲਕੁਲ ਹੁਣ ਜੇ ਮੈਂ ਇਹਦੇ ਮਗਰ ਬਾਈ 8-8-9-9 ਦੀਆਂ ਤਵੀਆਂ ਪਾਲਵਾ ਟਰੈਕਟਰ ਮਗਰ ਹਾਂ ਉਸ ਲਈ ਆਪ ਕੱਢੂ ਬਾਈ ਕੱਢੂ ਬਾਈ ਕੱਢੂ ਪਰ ਬਚਾਰਾ ਨਾਲੇ ਉਹ ਵੀ ਸਰਜੀ ਦਾ ਬੂਟਿਆਂ ਵਾਂ ਇਹੀ ਤਵੀਆਂ ਚੱਲਣੀਆਂ ਨਹੀਂ ਇਹ ਬੂਟੇ ਵੜ ਦੇਣੇ ਆ ਸਿੱਧੀ ਗੱਲ ਹੈ ਜੀ ਮੈਂ ਤੁਹਾਨੂੰ ਇੱਕ ਦੱਸਦਾ ਚਲੋ ਅਸੀਂ ਟਰੈਕਟਰ ਰੋਜ਼ ਚਲਾਉਂਦੇ ਆ ਪਰ ਸਾਨੂੰ ਹਾਲ ਤੱਕ 8-9 ਦੀਆਂ ਤਵੀਆਂ ਜੇ ਪੈ ਜਵੇ ਪਿੱਛੇ ਤਾਂ ਹਿਸਾਬ ਕਿਤਾਬ ਥੋੜਾ ਜਿਹਾ ਭੁੱਲ ਜਾਂਦਾ ਬਿਲਕੁਲ ਹੁਣ 7-7 ਦੀਆਂ ਆਏ ਅਸੀਂ ਮਗਰਾੜ ਤੇ ਹੀ ਡਰੀ ਜਾਂਦੇ ਵੀ ਮਗਰਾੜ ਨਾਲ ਟਰੈਕਟਰ ਤਾਂ ਵੱਜੇ ਬੂਟੇ ਨਾਲ ਉਹ ਤਾਂ ਇੰਨੀ ਦੂਰ ਚਲਾਈ ਚੱਲ ਪੈਂਦੀ ਸੀ ਚੱਲਦੀ ਠੀਕ ਨਹੀਂ ਜਾਨੀ ਕਿ ਬੂਟਿਆਂ 'ਚ ਬਹੁਤ ਦੇਖ ਕੇ ਬਹਣਾ ਪੈਂਦਾ ਸਰਬ ਜੀ ਤਾਂ ਹੁਣ ਦੇਖ ਕੇ ਆਲਾ ਨਹੀਂ ਹੁਣ ਤੱਕ ਤਾਂ ਵੇਚ ਗਈ ਆ ਮੈਂ ਬਿਲਕੁਲ ਫੁੱਲ ਸਪੀਡ ਪਰ ਚਲਾਉਂਦਾ ਕਿਉਂਕਿ ਹੱਥ ਟਿਕ ਗਿਆ ਹਾਂ ਹੱਥ ਟਿਕ ਗਿਆ ਬਿਲਕੁਲ ਬਾਈ ਪਤਾ ਲੱਗ ਗਿਆ ਤੇ ਲੋ ਦੇਖ ਲਈ ਗੇੜੇ ਆ ਸਾਰੇ ਬਾਏ ਹੀ ਹਾਂ ਬਾਈ ਕਰਦੇ ਸਭ ਤਵੀਆਂ ਦਾ ਫਰਕ ਆ ਥੋੜਾ ਜਿਹਾ ਤਵੀਆਂ ਤੇ ਲੋਡ ਵੀ ਘੱਟ ਰਹਿੰਦਾ ਟਰੈਕਟਰ ਦਾ ਤੇ ਬੂਟੇ ਦੇਖ ਲਓ ਬਾਈ ਸਾਰੇ ਇੱਕ ਸਾਰ ਬਰਾਬਰ ਬੂਟਾ ਖੜਾ ਏ ਕੋਈ ਘੱਟ ਨਹੀਂ ਚੱਲਿਆ ਵਾ ਕੋਈ ਵੱਧ ਨਹੀਂ ਚੱਲਿਆ ਵਾ ਤੇ ਕੇਅਰ ਵੀ ਬਹੁਤ ਕਰਦੇ ਆ ਬਾਈ ਬੂਟਿਆਂ ਦੀ ਪਾਣੀ ਧਾਣੀ ਵਾਹ ਵਾਹੀ ਟਾਈਮ ਸਿਰ ਰੇਹ ਮਿੱਟੀ ਜੋ ਵੀ ਖਾਦ ਸਾਰਾ ਕੁਝ ਟਾਈਮ ਨਾਲ ਪੈਂਦਾ ਏ ਤੇ ਉਹ ਮੇਰੇ ਹਿਸਾਬ ਨਾਲ ਅੱਗੇ ਗੋਭੀ ਲਾਈ ਹੋਈ ਆ ਬੂਟਿਆਂ ਦੇ ਵਿੱਚ ਤੇ ਲਗਭਗ 7-8 ਕਿੱਲੇ ਸਾਰੇ ਹੀ ਬੂਟੇ ਲੱਗੇ ਬਾਈ ਉਰੇ ਫਾਰਮ ਟਰੈਕ 45 ਅੱਜਾ ਲੈ ਕੇ ਆਏ ਸੀ ਖੇਤਾਂ ਦੇ ਵਿੱਚ ਜਾਂ ਖੇਤ ਤਿਆਰ ਕਰ ਰਹੇ ਬਾਈ ਆਲੂਆਂ ਵਾਸਤੇ ਥੋੜ੍ਹੇ ਜਿਹੇ ਨਰਮ ਹੈ ਖੇਤ ਅਤੇ ਤੁਹਾਨੂੰ ਬਾਈ ਸਰਦ ਵੀ ਥੋੜ੍ਹਾ ਜਿਹਾ ਟਰੈਕਟਰ ਦਿਖਾਊਗਾ ਚਲਾ ਕੇ ਆਲੇ ਪਾਏ ਹੋਏ ਆ ਮਗਰ ਹਲ ਵੀ ਦੂਜੇ ਪਾਏ ਹੋਏ ਆ ਬਾਈ ਆਪਣੇ ਬਿਨਾਂ ਸਪ੍ਰਿੰਗ ਵਾਲੇ ਜਿਹੜੇ ਹੁੰਦੇ ਆ ਸਿੰਪਲ ਹਲ ਅਤੇ ਇੱਕ ਗੱਲ ਬਾਈ ਹੋਰ ਦੱਸ ਦਈਏ ਜਿਹੜਾ ਟਰੈਕਟਰ ਹੈ ਬਾਈ ਬਕਾਊ ਆ ਟਰੈਕਟਰ ਇਹ 2018 ਮਾਡਲ ਟਰੈਕਟਰ ਆ ਜੀ ਅਤੇ ਜੇ ਕੋਈ ਵੀ ਮੇਰਾ ਭਰਾ ਬਾਈ ਲੈਣ ਦਾ ਚਾਹਵਾਨ ਹੋਇਆ ਤਾਂ ਜ਼ਰੂਰ ਸੰਪਰਕ ਕਰ ਸਕਦਾ ਆਪਣੇ ਨਾਲ ਅਤੇ ਉਰੇ ਆਪਾਂ ਜੀਰੀ ਲਾਈ ਹੋਈ ਸੀ 126 ਅਤੇ ਬਹੁਤ ਵਧੀਆ ਰਹੀ ਬਾਈ ਆਪਣੀ ਥੋੜ੍ਹੇ ਜਿਹਾ ਆਪਣੇ ਨਾਲ ਜਿਹਨਾਂ ਨੇ ਲਾਈ ਹੋਈ ਸੀ ਉਹਨਾਂ ਦਾ ਥੋੜ੍ਹਾ ਝਾੜ ਘੱਟ ਆਇਆ ਅਤੇ ਆਪਣਾ ਝਾੜ ਬਾਈ ਬਹੁਤ ਵਧੀਆ ਆ ਅਤੇ ਪਹਿਲਾਂ ਮੇਰੀ ਸਲਾਹ ਸੀ ਆ ਕੇ ਝਾਲੂ ਲਾਉਣ ਦੀ ਕਿਆ ਖੇਤ ਥੋੜ੍ਹਾ ਨੀਵਾਂ ਆ ਇੱਧਰ ਹਰਸ਼ਵੀਰ ਦਾ ਗੰਨਾ ਖੜਾ ਜੀ ਅਤੇ ਉੱਧਰ ਸਰਬਜੀਤ ਵੀ ਟਰੈਕਟਰ ਲੈ ਕੇ ਆਇਆ ਵਾਹੁਣ ਖੇਤ ਅਤੇ ਫਿਰ ਮੇਰੀ ਸਲਾਹ ਰਹੀ ਵੀ ਚਲੋ ਆਲੂ ਲਾਉਣੇ ਆ ਜੇ ਪਾਣੀ ਪੂਣੀ ਆ ਗਿਆ ਔਖਾ ਹੋ ਜਾਣਾ ਆਲੂ ਖਰਾਬ ਹੋ ਜਾਣੇ ਉਹ ਉੱਪਰਲੇ ਖੇਤਾਂ 'ਚ ਆਲੂ ਲਾ ਦੇਣੇ ਆਪਾਂ ਨੇ ਇਹਦੇ ਮੈਂ ਆਪਾਂ ਨੇ ਗੰਨਾ ਅਤੇ ਸਰੋਂ ਲਾ ਦੇਣੀਆਂ ਦੋ ਚੀਜ਼ਾਂ ਅਤੇ ਉਹਦੇ ਵਾਸਤੇ ਬਾਈ ਵਾਹੀ ਬਹੁਤ ਜ਼ਰੂਰੀ ਆ ਵਧੀਆ ਕਰਨੀ ਪਹਿਲਾਂ 2 ਵਾਰ ਤਵੀਆਂ ਨਾਲ ਵਾਹਤਾ ਖੇਤ ਡਰਾਈਵਰ ਦਾ ਫਰਕ ਹੁੰਦਾ ਹੀ ਆ ਮੈਂ ਚਲਾ ਲਾ ਮੇਰੇ ਤੇ ਇੰਨਾ ਵਧੀਆ ਚੱਲਿਆ ਨਹੀਂ ਟਰੈਕਟਰ ਅਤੇ ਸਰਬ ਜੀ ਵੀਰੇ ਪੂਰੀ ਤਸੱਲੀ ਕਰਾ ਦਿੱਤੀ ਦੇਖ ਲਓ ਇੱਧਰ ਵੀ ਜੀਰੀ ਖੜੀ ਆ ਬਾਈ ਨਾਲ ਅਤੇ ਇੱਧਰ ਗੰਨਾ ਖੜਾ ਬਾਈ ਸਰਨੇ ਦਾ ਗੰਨਾ ਬਹੁਤ ਵਧੀਆ ਹੁੰਦਾ ਬਾਈ ਇਹਦਾ ਟੋਪ 'ਤੇ 88 ਬੀਜ ਆ ਇਹ ਅਤੇ ਥੋੜ੍ਹੀ ਆਪਾਂ ਨੂੰ ਵੀ ਬਾਈ ਦਿੱਕਤ ਆ ਰਹੀ ਆ ਥੋੜ੍ਹਾ ਜਿਹਾ ਇੱਧਰ ਗੰਨੇ ਕਰਕੇ ਚੂਹਾ ਚਾਹਾ ਵੱਧ ਲੱਗਦਾ ਇਹ ਫਸਲ ਨੂੰ ਇਸ ਵਾਰ ਜੀਰੀ ਦਾ ਵੀ ਨੁਕਸਾਨ ਕਰਿਆ ਹੋਇਆ ਤਾਂ ਅਤੇ ਹੁਣ ਇੱਧਰ ਵੀ ਸਾਰੇ ਬੂਟੇ ਲੱਗੇ ਹੋਏ ਆ ਹੁਣ ਮੇਰੀ ਵੀ ਸਲਾਹ ਸੀ ਬੂਟੇ ਪਾਟੇ ਲਾ ਦਈਏ ਤੁਹਾਨੂੰ ਪਤਾ ਬਾਈ ਕਣਕ ਜੀਰੀ ਵਿੱਚ ਹੁਣ ਬਹੁਤਾ ਜ਼ਿਆਦਾ ਰਿਹਾ ਨਹੀਂ ਪ੍ਰੋਫਿਟ ਅਤੇ ਚਲੋ ਸਾਡੇ ਏਰੀਏ ਵਿੱਚ ਬੂਟੇ ਦਾ ਰੇਟ ਵਧੀਆ ਏ 4-5 ਸਾਲ 'ਚ ਬੂਟਾ ਤਿਆਰ ਹੋ ਜਾਂਦਾ ਵਧੀਆ ਰੇਟ ਦਾ ਮੁੱਲ ਦਾ ਬੂਟਾ ਵਿਕ ਜਾਂਦਾ ਉਹ ਬਾਈ ਇਹ ਟਰੈਕਟਰ 1100 ਘੰਟੇ ਚੱਲਿਆ ਹੋਇਆ ਰੀਜਨਲ ਅਤੇ PV12 ਨੰਬਰ ਹੈ ਟਰੈਕਟਰ ਦਾ ਰੋਪੜ ਦਾ
2018 ਮਾਡਲ ਆ ਭਾਈ ਸਰਬ ਜੀ ਦਾ ਇੱਕ ਗੱਲ ਹੈਗੀ ਆ ਵੀ ਡਰਾਈਵਰ ਦਾ ਫਰਕ ਹੁੰਦਾ ਏ ਠੀਕ ਆ ਹੁਣ ਤੂੰ ਦੇਖ ਲੈ ਟਰੈਕਟਰ ਡੇਲੀ ਚਲਾਉਣਾ ਰੂਟੀਨ ਚ ਤੇਰੀ ਯਾਰ ਮੇਰੀ ਬਾਈ ਦਾ ਫਰਕ ਆ ਠੀਕ ਆ ਹੁਣ ਮੈਂ ਤੇ ਆਹੀ ਟਰੈਕਟਰ ਮੈਂ ਕਿਹੜਾ ਹੀਗਾ ਸਲਿੱਪ ਤਾਂ ਵਧੀਆ ਚਲਾਇਆ ਯਾਰ ਲਿਫਟ ਬੰਨ ਲੈ ਇੱਕ ਗੇਲ ਹਾਂ ਅੱਛਾ ਤੂੰ ਤਾਂ ਪਤਾ ਪਹਾੜਾਂ ਦੇ ਉੱਪਰ ਬੈਠੇ ਤੇ ਉੱਪਰਲੇ ਬੰਦੇ ਨੂੰ ਕਿਆ ਲੱਗਦਾ ਹਾਂ ਆਪਾਂ ਨੂੰ ਲੱਗੀ ਜਾਂਦਾ ਵੀ ਫਾਲੇ ਘੱਟ ਲੱਗ ਰਹੇ ਆ ਘੱਟ ਲੱਗਦੇ ਹਾਂ ਪਿੱਛੇ ਵਾਲੇ ਬੰਦੇ ਨੂੰ ਪਤਾ ਲੱਗਦਾ ਵੀ ਫਾਲੇ ਲੱਗਦੇ ਨਹੀਂ ਲੱਗਦੇ ਉੱਪਰ ਉੱਪਰ ਬੈਠੇ ਲਿਫਟ ਡਾਊਨ ਕਰੀ ਜਾਂਦੇ ਉੱਪਰ ਦੇ ਘੱਟ ਲੱਗਦੇ ਆ ਉੱਪਰ ਤੇ ਹਮੇਸ਼ਾ ਹੀ ਘੱਟ ਲੱਗਦੇ ਆਪਾਂ ਨੂੰ ਮੈਨੂੰ ਆ ਵੀ ਮੈਂ ਖੇਤ ਹੋਰ ਪੜ ਦਵਾਂ ਇਹ ਤੂੰ ਤਜਰਬਾ ਦੇਖ ਲਈ ਪਾੜ ਨੂੰ ਘੱਟ ਦੋਹਰ ਨੂੰ ਥੋੜੇ ਜਿਹਾ ਹੋਰ ਨਹੀਂ ਮੈਂ ਬਾਈ ਬਿਲਕੁਲ ਆਪਾਂ ਨੂੰ ਉੱਪਰ ਬੈਠੇ ਨੂੰ ਬਹੁਤ ਭੁਲੇਖਾ ਰਹਿੰਦਾ ਵੀ ਯਾਰ ਪਿੱਛੇ ਫਾਲੇ ਕੁਛ ਲੱਗਦੇ ਨਹੀਂ ਸਰਬਜੀਤ ਇੱਕ ਗੱਲ ਇਹ ਚੀਜ਼ ਦਾ ਮਨ ਚ ਨਾਮ ਆ ਨਾ ਫਰਕ ਪੈਂਦਾ ਹੁਣ ਮੇਰੇ ਵਰਗੇ ਨੇ ਟਰੈਕਟਰ ਚਲਾਉਣਾ ਸਾਲ ਛਮਾਹੀ ਬਾਅਦ ਇਹ ਤਾਂ ਹੈ ਤੂੰ ਹੁਣ ਡੇਲੀ ਚਲਾਈ ਜਾਂਦਾ ਤੈਨੂੰ ਇਹ ਚੀਜ਼ ਦਾ ਹੁਣ ਜ਼ਿਆਦਾ ਭੇਤ ਪੈ ਗਿਆ ਟਰੈਕਟਰ ਦਾ ਬਾਹ ਬਾਹੀ ਦਾ ਤੇ ਹੁਣ ਥੋੜੇ ਦਾ ਮਤਲਬ ਕਿ ਬਾਹ ਬਾਹੀ ਵੀ ਚੰਗੀ ਹੁੰਦੀ ਹੈ ਰੋਜ਼ ਹਾਂ ਡੇਲੀ ਠੀਕ ਨਹੀਂ ਹਾਂ ਡੇਲੀ ਦਾ ਮੈਂ ਕਹਿੰਦਾ ਹਫਤੇ ਬਾਅਦ ਬੂਟਿਆਂ 'ਤੇ ਟਰੈਕਟਰ ਘੁੰਮਦਾ ਹੈ ਚੱਲਦਾ ਪੱਕਾ ਹਾਂ ਤੇ ਫਿਰ ਤੈਨੂੰ ਵੀ ਚਲੋ ਤਜਰਬਾ ਤਾਂ ਪਈ ਜਾਂਦਾ ਬੰਦੇ ਨੂੰ ਜਿਹੜਾ ਬੰਦਾ ਇੱਕੋ ਕੰਮ 'ਚ ਰਹਿੰਦਾ ਹੁਣ ਤੂੰ ਉੱਥੇ ਤੇ ਉਰੇ ਤੱਕ ਮੈਂ ਤੈਨੂੰ ਸਪੈਸ਼ਲੀ ਕਹਤ ਕਿ ਵੀ ਤੂੰ ਲਿਫਟ ਕਾ ਤੇਰੀ ਹਾਂ ਹਾਂ ਬਿਲਕੁਲ ਬਿਲਕੁਲ ਨਾਲੇ ਸਰ ਜੀ ਹੋਰ ਆ ਆਹ ਟਰੈਕਟਰ ਮੇਰੇ ਉਂ ਵੀ ਹੱਥ ਨਹੀਂ ਹੈਗਾ ਅੱਛਾ ਪਹਿਲੀ ਵਾਰ ਚਲਾਇਆ ਮੈਂ ਵੀ ਪਹਿਲਾਂ ਮਹਿੰਦਰਾ ਚਲਾਇਆ ਨਾ ਮੈਂ ਪਹਿਲਾਂ ਮਹਿੰਦਰਾ ਚਲਾਇਆ ਵਾ ਆਹ ਟਰੈਕਟਰ ਸੀ ਮੇਰੇ ਹੱਥ ਨਹੀਂ ਲੱਗਿਆ ਚੰਗੀ ਤਰ੍ਹਾਂ ਬਾਕੀ ਦਰਸਲ ਨਾ 11-11 ਫਾਲੇ ਵੀ ਤਗੜੇ ਆ ਹਾਂ ਫਾਲੇ ਉਂ ਵੀ ਭਾਰੇ ਆ ਕੋਈ ਵੀ ਮੈਨੂੰ ਪਤਾ ਸਰ ਜੀ ਮੈਂ ਕਿਵੇਂ ਪਾਏ ਆ ਇਹ ਹਿੱਲਦੇ ਨਹੀਂ ਹੈਗੇ ਇੱਕ ਟਰੈਕਟਰ ਆ ਜਿਹੜਾ ਇਹ ਕੋਈ ਵੀ ਇਹਦੀ ਹਰੇਕ ਟਰੈਕਟਰ ਦੀ ਕੰਪੈਸਟੀ ਹੁੰਦੀ ਹੈ ਅਸੀਂ ਬੜੇ ਟਰੈਕਟਰ ਦਾ ਸੰਦ ਛੋਟੇ ਨੂੰ ਪਾਉਂਦੇ ਹਾਂ ਇਹ ਸਾਡੇ ਖਾਤਰ ਗਲਤ ਗੱਲ ਹੈ ਗਲਤ ਗੱਲ ਹੈ ਟਰੈਕਟਰ ਦਾ ਜ਼ੋਰ ਲੱਗਦਾ ਏ ਤੇ ਪਿੱਛੇ ਤੋਂ ਵੀ ਫਿਰ ਉਦਾਂ ਉਹ ਵੀ ਨਹੀਂ ਕਰੀ ਪੜਾਈ ਨਹੀਂ ਕਰ ਟਰੈਕਟਰ ਖੜਾ 575 ਦੇ ਲਾ 7-7 ਦੀਆਂ ਤਵੀਆਂ ਪਾਉਣ ਨੂੰ 8-8 ਦੀਆਂ ਵੀ ਪਾ ਲਾ ਹਾਂ ਹਾਂ ਪਰ ਹੁਣ 7-7 ਦੀਆਂ ਸ਼ੁੱਧ ਵੀ ਚੱਲਦੀਆਂ ਬੂਟਿਆਂ 'ਚ ਵੀ ਸਾਨੂੰ ਪਤਾ ਬੂਟਿਆਂ ਦੀ ਵੀ ਠੀਕ ਰਹਿਣੀ ਹਾਂ ਠੀਕ ਨਹੀਂ ਉਹੀ ਗੱਲ ਜਾਣੀ ਸੰਦ ਉਹੀ ਰੱਖੋ ਜਿਹਦੇ ਨਾਲ ਟਰੈਕਟਰ ਥੋੜਾ ਜਿਹਾ ਰੈਲਾ ਚੱਲੇ 11-11 ਤਾਂ ਆਪਾਂ ਲੈ ਵੀ ਸਕਦੇ ਚਲੋ 11-11 ਖਿੱਚਦਾ ਵੀ ਆ ਪਰ ਮੋੜ ਪਰ ਆ ਕੇ ਥੋੜਾ ਜਿਹਾ ਤੰਗ ਕਰਦਾ ਸਭ ਜੀ ਖਿੱਚੀ ਜਾਂਦਾ ਬਾਈ ਇਹਦੇ ਨਾਲ ਟਰੈਕਟਰ ਕੋ ਲੋਡ ਪੈਂਦਾ ਕਿੱਥੇ ਟਰੈਕਟਰ ਨੇ ਵਧੀਆ ਚੱਲਣਾ ਕਿੱਥੇ ਟਰੈਕਟਰ ਰਿੰਗ ਕੇ ਚੱਲਣਾ ਇਹ ਜੀ ਦਾ ਫਰਕ ਹੈ ਫਰਕ ਹੀ ਹੈਗਾ ਹੀ ਹੈ ਹਾਂ ਇੱਕ ਗੱਲ ਦਾ ਸਲਿੱਪ ਕਢਾਤਾ ਘੱਟੋ ਘੱਟ 4-5 ਕਰਮਾਂ ਤੱਕ ਤਾਂ ਫਾਲੇ ਚੱਕ ਕੇ ਉਹ ਫ੍ਰੀ ਛੱਡ ਦੇ ਉਹੀ ਗੱਲ ਆ ਉੱਥੇ ਮੈਂ ਦੇਖਿਆ ਲੋਕ ਹੁਣ 50-50 ਹੌਸ ਪਾਵਰ ਟਰੈਕਟਰ ਨਾਲ 8-8 ਫੁੱਟੇ ਸੁਪਰ ਸੀਟਰ ਲੈ ਰਹੇ ਆ ਉਹ ਐ ਨਹੀਂ ਸੋਚ ਰਹੇ ਵੀ ਸਾਡੇ ਟਰੈਕਟਰਾਂ ਦੀ ਲਾਈਫ ਘਟਣੀ ਇਹਦੇ ਨਾਲ ਜ਼ੋਰ ਬਾਈ ਸੁਪਰ ਸੀਟਰ ਦਾ 7 ਫੁੱਟ ਹੀ ਬਹੁਤ ਆ ਬਾਈ ਸੁਪਰ ਸੀਟਰ ਵਾਸਤੇ ਮੇਰੇ ਹਿਸਾਬ ਨਾਲ 60 ਹੌਸ ਪਾਵਰ ਦੇ ਉੱਪਰ ਦਾ ਟਰੈਕਟਰ ਚਾਹੀਦਾ ਹੈ ਹਾਂ ਹੈ ਜਿਹੜੇ ਹੁਣ ਆਪਾਂ ਛੋਟੇ ਟਰੈਕਟਰ ਮੈਂ ਮੇਨ ਗੱਲ ਯਾਰ ਸੁਪਰ ਸੀਟਰ ਜਿਹਨੇ 8 ਫੁੱਟਾ ਲੱਤਾ ਏ ਹਾਂ ਹਾਂ ਘੱਟੋ ਘੱਟ ਮੈਨੂੰ ਨਹੀਂ ਲੱਗਦੀ ਵੀ 12-13 ਕੁਇੰਟਲ ਵਜਨ ਤਾਂ ਬਣੇਗਾ ਹਾਂ ਬਾਈ ਬਣੇਗਾ ਉੱਪਰ ਤੇ 50 ਕਿਲੋ ਡਾਇਆ ਪਾ ਲੈਣਾ 50 ਕਿਲੋ ਪਾ ਲੈਣਾ ਲੱਗ ਪੈਣਾ ਹਾਂ ਬੀਜ ਉੱਪਰ ਤੇ ਮੇਰੇ ਵਰਗਾ ਬੰਦਾ 80-90 ਕਿਲੋ ਦਾ ਚੜ ਜਾਂਦਾ ਹਾਂ ਇਹ ਲਿਫਟ ਦੀ ਕੰਪੈਸਟੀ ਹੈ ਜਿਹੜੀ ਇੰਨਾ ਵਜਨ ਚੱਕਦੀ 50-60 ਹੌਸ ਪਾਵਰ ਬਿਲਕੁਲ ਬਾਈ ਬਿਲਕੁਲ ਟਰੈਕਟਰ ਦੀ ਉਹ ਚੱਕਦੇ ਛੋਟੇ ਵੀ ਆ ਪਰ ਧੱਕਾ ਹੈ ਵੀਰੋ ਨਹੀਂ ਛੋਟਾ ਬੱਚਾ ਉਹਨਾਂ ਵਜਨ ਨਹੀਂ ਚੱਕ ਸਕਦਾ ਜਿੰਨਾ ਆਪਾਂ ਚੱਕਦੇ ਉਹੀ ਗੱਲ ਹੈ ਜੀ ਫਰਕ ਹੈਗਾ ਏ ਠੀਕ ਆ ਤੇ ਸਰ ਜੀ ਬਾਈ ਚਲਾਈ ਨੂੰ ਟਰੈਕਟਰ ਕਿਵੇਂ ਲੱਗਿਆ ਤੁਹਾਨੂੰ ਚਲਾਈ ਨੂੰ ਓਕੇ ਆ ਵੀਰੇ ਵਧੀਆ ਹੈ ਹਾਂ ਟਰੈਕਟਰ ਪਰ ਬੈਠਣ ਦਾ ਹੀ ਨਜ਼ਾਰਾ ਆ ਤਾਂ ਠੀਕ ਆ ਥੋੜਾ ਜਿਹਾ ਨੀਵਾ ਹੈ ਉਹਦੇ ਪਰ ਬੈਠਣ ਦਾ ਉੱਚਾ ਹਾਂ ਉਹ ਥੋੜਾ ਉੱਚਾ ਟਰੈਕਟਰ ਫਰਕ ਹੈ ਥੋੜਾ ਜਿਹਾ ਬਾਕੀ ਹਰੇਕ ਦੀ ਵੀਰੋ ਆਪਣੀ ਆਪਣੀ ਆ ਇਹ ਰੀਸ ਹੋਰ ਦਿਨ ਕਰ ਸਕਦਾ ਹੋਰ ਹੀ ਦਿਨ ਕਰ ਸਕਦਾ ਉਹੀ ਗੱਲ ਆ ਬਾਈ ਹਾਂ ਸਹੀ ਗੱਲ ਆ ਆਪਣੀ ਆਪਣੀ ਮਹੱਤਤਾ ਹੈ ਹਾਂ ਬਾਈ ਉਹੀ ਗੱਲ ਜਿਹਦੇ ਕੋਲ ਇਹ ਟਰੈਕਟਰ ਹੈ ਹਾਂ ਉਹ ਕਹਿੰਦੇ ਬਾਈ ਵੇਚ ਕੇ ਲੈਣਾ ਹੀ ਫਾਰਮ ਟਰੈਕ ਚਾਹੇ ਉਹਨਾਂ ਨੂੰ ਫ੍ਰੀ ਚ ਕੋਈ ਹੋਰ ਟਰੈਕਟਰ ਦੇ ਦਿਓ ਹਾਂ ਹਾਂ ਅਸੀਂ ਲੈਣਾ ਹੀ ਇਹ ਆਪਾਂ ਦੇ ਬਾਈ ਬੰਦੇ ਸਾਡੇ ਕੋਲ ਮਹਿੰਦਰਾ ਹੈ ਅਸੀਂ ਕਹਿੰਦੇ ਲੈਣਾ ਹੀ ਮਹਿੰਦਰਾ ਹਾਂ ਹਾਂ ਇਹ ਬਾਈ ਆਪਾਂ ਦੇ ਨਾ 3 ਸਪੀਡ ਇੰਡੋ ਫਾਰਮ ਲੈ ਗਏ ਬਾਈ ਕਿਆ ਵਧੀਆ ਹਾਂ ਆ ਤਾਂ ਬਹੁਤ ਵਧੀਆ ਬਾਈ ਹਾਂ ਬਾਈ ਤੇ ਬਾਕੀ ਤੂੰ ਵੀ ਦੱਸ ਦੇ ਇੱਕ ਵਾਰ ਵੀ ਟਰੈਕਟਰ ਠੀਕ ਆ ਟਰੈਕਟਰ ਬਹੁਤ ਵਧੀਆ ਵੀਰੋ ਜਿਹਨੇ ਲੈ ਕੇ ਜਾਣਾ ਬਾਕੀ ਸਾਡੇ ਦੇਖੋ ਕਹਿੰਦੇ ਜਿਹਨੇ ਨਾ ਆਪਣਾ ਸਮਾਨ ਵੇਚਣਾ ਹੋਵੇ ਹਾਂ ਘਮਿਆਰੀ ਤਾਂ ਕਹਿੰਦੇ ਵੀ ਆਪਣੇ ਭਾਂਡੇ ਨੂੰ ਸਰਾਉਂਦੀ ਹੋ ਸਰਾਉਂਦੀ ਹੋ ਹਾਂ ਠੀਕ ਹੈ ਹੁਣ ਅਸੀਂ ਮੈਂ ਦੱਸਦਾ ਅਸੀਂ ਮੰਡੀ 'ਚ ਜੀਰੀ ਲੈ ਕੇ ਗਏ ਆ ਜਾਂਦੀ ਸਾਰੇ ਆੜਤੀ ਨੂੰ ਫੋਨ ਕਰਤਾ ਵੀ ਸੁੱਕੀ ਆ ਤੋਲ ਦੇ ਹਾਂ ਪਰ ਨਹੀਂ ਹਾਂ ਜ਼ਿਮੀਦਾਰ ਤਾਂ ਕਹਿੰਦਾ ਹੀ ਹੁੰਦੀ ਮੇਰੀ ਜ਼ਿਮੀਦਾਰ ਨੇ ਕਹਿਣੀ ਕਹਿਣਾ ਬਾਕੀ ਆੜਤੀ ਨੇ ਚੱਕ ਕੇ ਐਨ ਤਜਰਬਾ ਕਰਕੇ ਮੋਚਰ ਦੇਖ ਕੇ ਤਾਂ ਭਰਨੀ ਆ ਇਕਣਾ ਹੀ ਹੈ ਅਸੀਂ ਤਾਂ ਕਹਿਣਾ ਵੀ ਟਰੈਕਟਰ ਠੀਕ ਹੈ ਵੀ ਠੀਕ ਹੈ ਪਰ ਤੁਸੀਂ ਜਿਹਨੇ ਲੈਣਾ ਵੀਰੋ ਆ ਕੇ ਪਰਖੋ ਆਹ ਖੇਤ ਹੁਣ ਵਿਹਲੇ ਆ ਨੰਬਰ ਹੋਰ ਆ ਬਾਈ ਗੱਲ ਹੈ ਸਰ ਜੀ ਤੇ ਹੁਣ ਇਹ 5-6 ਦਿਨ ਟਰੈਕਟਰ ਹੋਰ ਹੈਗਾ ਮੇਰੇ ਕੋਲ ਬਾਅਦ ਚ ਲੈਣਾ ਉੱਥੇ ਉੱਥੇ ਫੇਰ ਟਰੈਕਟਰ ਸਿਰਫ ਉੱਥੇ ਚੈੱਕ ਹੋਣਾ ਇਹ ਤਾਂ ਉਰੇ ਹੁਣ ਉਰੇ ਖਰਾ ਕੜਾ ਉੱਥੇ ਵੀ ਮੇਰੇ ਜਗ੍ਹਾ ਹੈਗੀ ਪਿੱਛੇ ਚਲਾ ਕੇ ਉੱਥੇ ਮੇਰੇ ਕੋਲ ਸਾਰਾ ਰੋਟਾਵੇਟਰ 5-6 ਦਿਨ ਹੁਣ ਇਹਦੇ ਵੀ ਗੰਨਾ ਬੀਜਣਾ ਵਿੱਚ ਆਲੂ ਲਾਉਣੇ ਕਹਿੰਦਾ ਘਰ ਆ ਉਹਤੇ ਬਾਅਦ ਚਲੇ ਜਾਣਾ ਇਹਦਾ ਸ਼ੋਰੂਮ ਜਿੱਥੇ ਆਪਣਾ ਇੰਡੋਫਾਰਮ ਟਰੈਕਟਰ ਹਾਂ ਹਾਂ ਉਹ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਹੁੰਦਾ ਸ਼ਹਿਰ ਚ ਉੱਥੇ ਕਹਿੰਦਾ ਵੀ ਬਾਉਣ ਨੂੰ ਜਗ੍ਹਾ ਨਹੀਂ ਉੱਥੇ ਤਾਂ ਨਠਾਪ ਹੀ ਆ ਕੇ ਚੈੱਕ ਕਰ ਸਕਦੇ ਬਾਈ ਸਰ ਜੀ ਗੱਲ ਨੂੰ ਹੋਰ ਦੱਸਣੀ ਆ ਜਿਹੜੇ ਮੈਂ ਆਲੂ ਲਾ ਰਹੇ ਆ ਇਹ ਬਾਈ ਤੁਹਾਨੂੰ ਦੇਖ ਕੇ ਲੱਗਿਆ ਲਾਉਣ ਮੈਂ
पिछली बार बी पहली बार लाए थे वधिया रहा तजर्बा चलो इस बार थोड़ा हौसला खुल गया हां जानी के सर जी आलू का सब ते महंगा लगता बीज लेना औखा बीज महंगा है जिन्हें लेना भी जानी के कम शुरू करना मेरे हिसाब नाल भी थोड़े जे कट्टे लेके पहला ला लवे कोई कुदरती गल है इस साले महंगा कई गल बीज नु कोई पुछदा भी नहीं पुछदा भाई बिल्कुल एक होवा कद जदों महंगा हुंदा उदों जी करदा भी ला लिए जदों सस्ता उदों हुंदा भी नहीं लाइए पर साहब जी हुण मतलब कि 2-3 साल हो गया आलूआं दा रेट फिर भी ठीक रहा ठीक फसलां दा सारियां दा रेट ठीक रहा ठीक नहीं कुदरती पता नहीं क्या गल मेरी सोच है कहिंदे भी जिन्हें ना अपना भला कराउणा होवे हां ओही बंदे नूं दिखदा है अच्छा नहीं इह तां दिखदे ही नहीं हां दिखदे ने बस जिहदी मौत नेड़े आई वी ओहे ओही भाई साहब जी मैनूं साडे उधर बहुत झल्लियां मिले पर हुण मैं बहुत देर ते मारने छड़ते जणी के जब तों मैनूं दिखण ते हट गए पहला मैनूं मैं मारी जांदा मैनूं दिखी जांदे ते फिर मैनूं किसे ने सियाणे ने गल दसी भी मारना इहनां नूं जे जांदे भी तूं छड़ दे ਜਾਣੀ ਕਿ ਹੁਣ ਉਹਨੂੰ ਬਹੁਤ ਟਾਈਮ ਹੋ ਗਿਆ ਹੁਣ ਨਹੀਂ ਦਿਖਿਆ ਬਾਈ ਚੱਲ ਮਾਰਦਾ ਤਾਂ ਅਸੀਂ ਨਹੀਂ ਝੂਂਡ 'ਚ ਦੁੱਧ ਪਾਉਂਦੇ ਇਹਨਾਂ ਦੇ ਨਾਲ ਲੈ ਕੇ ਜਿਹੜਾ ਅਤੇ ਬਾਕੀ ਚਲੋ ਮੈਂ ਤਾਂ ਇਹੀ ਸੋਚਦਾ ਵੀ ਜਿਹਦਾ ਭਾਈ ਅੰਤ ਹੈ ਬੰਦਾ ਉਹੀ ਬੰਦੇ ਨੂੰ ਦੇਖਦਾ ਨਹੀਂ ਨਹੀਂ ਬਸ 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 ਬਾਈ ਨਹੀਂ ਲੋ ਪਏ ਰਹਿੰਦੇ ਆ ਕੋਲ ਬੈਠੇ ਵੀ ਨਹੀਂ ਦੇਖਦੇ ਪੱਕੀ ਗੱਲ ਆ ਬਾਈ ਬਾ ਫਿਰ ਤੈਨੂੰ ਪਤਾ ਹੀ ਇਹ ਚੱਕ ਤਾਂ ਠੀਕ ਆ ਅਤੇ ਚੱਲ ਬਾਈ ਠੀਕ ਆ ਧੰਨਵਾਦ ਤੇਰਾ ਓਕੇ ਬਾਈ ਤੇਰਾ ਬਹੁਤ ਧੰਨਵਾਦ ਟਰੈਕਟਰ ਇੱਕ ਨੰਬਰ ਆ ਠੀਕ ਆ ਬਾਈ ਅਤੇ ਲੋ ਬਾਈ ਟਰੈਕਟਰ ਤੁਹਾਨੂੰ ਦਿਖਾਤਾ ਬਾਈ ਅਤੇ ਇੱਕ ਵਾਰ ਇੱਧਰੋਂ ਵੀ ਦਿਖਾ ਦਿੰਦੇ ਹਾਂ ਤੇ ਜਿਹਨੇ ਵੀ ਲੈਣਾ ਬਾਈ ਦੇਖ ਸਕਦਾ ਘਰ ਆ ਕੇ ਤੇ ਆਪਣੇ ਕੋਲ ਰੋਪੜ ਵੀ ਖੜਿਆ ਬਾਈ ਟਰੈਕਟਰ ਹੋਰ ਸਾਰੇ ਟਰੈਕਟਰ ਮਿਲ ਜਾਣੇ ਆਪਣੇ ਕੋਲ ਅਤੇ ਨਵੇਂ ਟਰੈਕਟਰ ਵੀ ਇੰਡੋ ਫਾਰਮ ਹੈਗੇ ਆਪਣੇ ਕੋਲ ਅਤੇ ਜਿਹਨੇ ਵੀ ਮੇਰੇ ਭਰਾ ਨੇ ਲੈਣਾ ਬਾਈ ਫੋਨ 'ਤੇ ਵੀ ਗੱਲਬਾਤ ਕਰ ਸਕਦਾ ਅਤੇ ਰੋਪੜ ਆ ਕੇ ਵੀ ਦੇਖ ਸਕਦਾ ਹੈ ਸੋ ਵੀਡੀਓ ਵਿੱਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਅਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ